ਤੋਂ ਵੱਡੀ ਦਾਤ ਹੈ। ਗੁਰੂ ਉੱਤੇ ਕਿਸੇ ਦੀ ਭਾਵਨਾ ਬਣਾ ਦੇਣੀ, ਗੁਰੂ ਅਰਜਨ ਦੇਵ ਜੀ ਦੀਆਂ 7-8 ਮਿੰਟ ਵਡਿਆਈਆਂ, ਫਿਰ ਆਪਾਂ 9ਵੇਂ ਮਹੱਲੇ ਦੇ ਸਲੋਕ ਦੀ ਲੜੀ ਅੱਜ ਚੁਪਹਿਰਿਆਂ ਕਰਕੇ ਰੁਕੀ ਪਈ ਸੀ। ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨਾਂ ਦੁਆਰਾ ਅਨੁਭਵ ਦੁਆਰਾ ਗੁਰਬਾਣੀ ਦੁਆਰਾ ਕਿਤੇ ਪ੍ਰਤੱਖ ਵਿਖਾ ਕੇ ਮੇਰੇ ਵਰਗੇ ਤੁਹਾਡੇ ਵਰਗੇ ਤੇ ਸੰਸਾਰ ਦੇ ਜੀਵਾਂ ਦੀ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਭਾਵਨਾ ਬਣਾਈ। ਸੁਣਿਓ ਪੰਕਤੀਆਂ, ਗੁਰੂ ਰਾਮਦਾਸ ਦੇ ਦਰ ਦੀ ਭਾਵਨਾ ਬਣਾਉਣ ਵੇਲੇ ਕਿੱਡਾ ਵੱਡਾ ਫੈਸਲਾ ਗੁਰੂ ਅਰਜਨ ਦੇਵ ਜੀ ਦਾ। ਸਾਰੀ ਦੁਨੀਆਂ ਦੇ ਥਾਂ ਛੋਟਾ ਮੋਟਾ ਫੈਸਲਾ ਮਹਾਰਾਜ ਗੁਰੂ ਅਰਜਨ ਦੇਵ ਜੀ ਏਡੀ ਭਾਵਨਾ ਬਣਾਤੀ ਸਾਡੀ, ਕਹਿੰਦੇ ਮੈਂ ਸਾਰੀ ਦੁਨੀਆਂ ਦੇ ਥਾਂ ਵੇਖ ਲਏ, ਗੁਰੂ ਰਾਮਦਾਸ ਜੀ ਦੇ ਦਰ ਵਰਗਾ ਕੋਈ ਦਰ ਹੀ ਨਹੀਂ। ਸੰਗਣੇ ਅਪਾਰ ਅਨੁ
ਪਹਿਲੇ ਰਾਮਦਾਸ ਗੁਰ ਨਾਮ ਸੀ ਇਹਦਾ ਅੰਮ੍ਰਿਤਸਰ। ਇੱਥੇ ਸਾਰੇ ਹੀ ਵਸਦੇ ਤੁਹਾਡੇ ਦਰ ਕਰਕੇ ਸੋਹਣੇ ਲੱਗਦੇ ਆ ਆਪਾਂ ਸਾਧਨ ਹਾਂ। ਵਸਦੀ ਸਗਨ ਆਪਾਂ ਅਨੂਪ ਰਾਮਦਾਸ ਪੁਰ ਹਰ ਹਰ ਨਾਨਕ ਕਸਮ ਲਿਆਏ ਮੇਰੀ ਤੁਹਾਡੀ ਲਾਈਫ ਚ ਸਭ ਤੋਂ ਬਹੁਤ ਹੀ ਜੜ ਗਈ ਕਸਮ ਔਗਣ ਬੁਰਿਆਈਆਂ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਕੋਈ ਤੇਰੀਆਂ ਸਿਫਤਾਂ ਦੇ ਵਿੱਚ ਨਾ ਲਵੇ ਸਾਰੀ ਕਸਮ ਲਵੇ ਪਾਪ ਉਹਦੀਆਂ ਬੁਰਿਆਈਆਂ ਚਲੀਆਂ ਜਾਂਦੇ। ਆਖੋ ਸਾਧਨਾ ਹਰ ਹਰ ਨਾਨਕ ਕਸਮ ਲਜਾਏ ਨਹਾਈਏ ਉਹ ਵੀ ਨਹਾਉਣਾ ਸਰੋਵਰ ਚ ਵੀ। ਧੰਨ ਗੁਰੂ ਰਾਮਦਾਸ ਕਹਿ ਦਿਓ, ਧੰਨ ਗੁਰੂ ਰਾਮਦਾਸ ਕਹਿ ਦਿਓ, ਇਹ ਵੀ ਨਹਾਉਣਾ ਸਿਫਤਾਂ ਦੇ ਸਰੋਵਰ। ਹਰ ਹਾਂ ਨਾਨਕ ਕਸਮ ਲਜਾਏ ਨਹਾਈਏ ਰਾਮਦਾਸ ਸਰ
ਪੰਜ ਕਵਿੰਟਲ ਦੀ ਪਾਪਾਂ ਦੀ ਉਤਰਾ ਪਤਾ ਨਹੀਂ ਕਿੰਨੇ ਸਾਲਾਂ ਚ ਲੈਣੀ ਹੈ, ਕਿੰਨੇ ਜਨਮਾਂ ਚ ਲੈਣੀ ਹੈ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਰਾਮਦਾਸ ਜੀ ਦਾ ਐਡਾ ਵੱਡਾ ਤਾਰੇ ਇੱਥੇ ਥੋੜੇ ਸਮੇਂ ਦਾ ਵੀ ਇੰਨਾ ਜ਼ਿਆਦਾ ਮਹਾਪਨ ਵੇ, ਕਈ ਕਵਿੰਟਲਾਂ ਦੀ ਤੇਰੀ ਪਾਪਾਂ ਦੀ ਵੰਡ ਜਿਹੜੀ ਏ ਉਹ ਚੰਦ ਛੇਨਾਂ ਦੇ ਵਿੱਚ ਹੀ ਲੱਥ ਜਾਏਗੀ। ਗੱਜ ਕੇ ਆਖੋ ਸਾਹਿਬ ਬਾਬਾ ਖੇਮ ਸਿੰਘ ਜੀ ਦਾ ਵੀ ਵਜੀ ਬਾਬਾ ਜੀ ਕਹਿੰਦੇ ਘਰ ਜਪਜੀ ਸਾਹਿਬ ਦਾ ਇੱਕ ਪਾਠ ਕਰੀਏ ਇੱਕ ਦਾ ਮਰ, ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜਾਂ ਪਰੇ ਬਰਾਂਡੇ ਵਿੱਚ ਕੋਈ ਇੱਕ ਜਪਜੀ ਸਾਹਿਬ ਦੀ ਹਾਜ਼ਰੀ ਲਾ ਲਵੇ ਤੇ ਬਾਬਾ ਖੇਮ ਸਿੰਘ ਜੀ ਕਹਿੰਦੇ ਅਨੇਕਾਂ ਜਪਜੀ ਸਾਹਿਬ ਜੀ ਦੇ ਪਾਠਾਂ ਦਾ ਮਹਾਤਮ ਝੋਲੀ ਚ ਪੈਂਦਾ ਹੈ, ਕਿਉਂਕਿ ਉਹ ਅਸਥਾਨ ਹੀ ਐਡਾ ਵੱਡਾ ਹੈ। ਸਿਮਰ ਸੁਮੀ ਪ੍ਰਭ ਅਪਣਾਓ ਸਿਮਰ ਸੁਮੀ ਪ੍ਰਭ ਅਪਣਾਓ।